ਤਰਸੇਮ ਜੱਸੜ ਉਹ ਪੰਜਾਬੀ ਕਲਾਕਾਰ ਹਨ ਜਿਨ੍ਹਾਂ ਦੇ ਗਾਣਿਆਂ ਅਤੇ ਫਿਲਮਾਂ ਤੋਂ ਜ਼ਿਆਦਾ ਲੋਕ ਉਹਨਾਂ ਦੀ ਥਿੰਕਿੰਗ ਦੇ ਫੈਨ ਹਨ ਅਤੇ ਬਹੁਤ ਸਾਰੇ ਨੌਜਵਾਨ ਤਰਸੇਮ ਜੱਸੜ ਨੂੰ ਆਪਣਾ ਆਈਡਲ ਮੰਨਦੇ ਹਨ। ਤਰਸੇਮ ਜੱਸੜ ਹਰ ਸਮੇਂ ਲੋੜਵੰਦਾਂ ਦੀ ਮਦਦ ਦੇ ਲਈ ਵੀ ਅੱਗੇ ਆਉਂਦੇ ਰਹਿੰਦੇ ਹਨ ਅਤੇ ਖਾਲਸਾ ਏਡ ਦੇ ਨਾਲ ਮਿਲ ਕੇ ਕੰਮ ਕਰਦੇ ਹਨ। ਇਸੇ ਤਰ੍ਹਾਂ ਹੀ ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਵੀ ਤਰਸੇਮ ਜੱਸੜ ਨੇ ਵੱਧ ਚੜ੍ਹ ਕੇ ਆਪ ਜਾ ਕੇ ਹੈਲਪ ਕੀਤੀ ਅਤੇ ਨਾਲ ਹੀ ਮਿਊਜ਼ਿਕ ਇੰਡਸਟਰੀ ਨੂੰ ਵੀ ਇੱਕ ਅਪੀਲ ਕੀਤੀ। ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਰਸੇਮ ਜੱਸੜ ਦੀ ਇਹ ਵੀਡੀਓ, ਨਾਲ ਹੀ ਤੁਸੀਂ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਤੋਂ ਇਲਾਵਾ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ, ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਹਰ ਨਵਾਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਅੱਜ ਦੇਖਿਆ ਉਹ ਅਗਰ ਤੁਸੀਂ ਦੇਣਾ ਚਾਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਇੱਥੇ ਆਏ ਅਸਲ ਗਰਾਊਂਡ ਰਿਐਲਿਟੀ ਜਿਵੇਂ ਕਹਿੰਦੇ ਪਹਿਲਾਂ ਗਰਾਊਂਡ 'ਤੇ ਆ ਕੇ ਪਤਾ ਚੱਲਦੀ ਹੈ। ਕਈ ਦਿਨ ਪਹਿਲਾਂ ਤੋਂ ਜੋ ਉਹਦੀਆਂ ਖਬਰਾਂ ਦੇਖਦੇ ਹਾਂ ਵੀ ਪਾਣੀ ਆਇਆ, ਉਦੋਂ ਤੋਂ ਆਪਣੇ ਵੱਲੋਂ ਪੋਸਟ ਪਾ ਕੇ ਸੋਸ਼ਲ ਮੀਡੀਆ 'ਤੇ ਅਤੇ ਆਪਣੇ ਬੰਦਿਆਂ ਨੂੰ ਅਤੇ ਅਮਰਪ੍ਰੀਤ ਬਾਈ ਨਾਲ ਵੀ ਉਹਨਾਂ ਗੱਲ ਹੋਈ। ਪਤਾ ਤਾਂ ਸੀਗਾ ਸਥਿਤੀ ਦਾ ਕੀ ਹੈ, ਪਰ ਜਦੋਂ ਆਪਾਂ ਐਕਚੁਅਲ ਜਗ੍ਹਾ 'ਤੇ ਆਉਂਦੇ ਹਾਂ ਪਤਾ ਲੱਗਦਾ ਵੀ ਅਸਲ ਸੱਚਾਈ ਕੀ ਹੈ, ਰਿਐਲਿਟੀ ਕੀ ਆ, ਹੈ ਨਾ। ਜਦੋਂ ਤੱਕ ਆ ਰਹੇ ਸੀਗੇ, ਜਦੋਂ ਤੱਕ ਜਲੰਧਰੋਂ ਆਏ, ਜਲੰਧਰੋਂ ਮੁੜੇ, ਉਹ ਇੱਕ ਨੋਰਮਲ ਲਾਈਫ ਚੱਲ ਰਹੀ ਹੈ ਜਿੱਧਰ ਸਾਡੇ ਵੱਲ ਵੀ ਪਾਣੀ ਹੈ ਨੀਗਾ, ਅਤੇ ਇੱਕ ਨੋਰਮਲ ਲਾਈਫ ਜਿਹੜੀ ਚੱਲ ਰਹੀ ਹੈ ਸਾਰਿਆਂ ਦੀ ਚੱਲ ਰਹੀ ਹੈ। ਪਰ ਇੱਥੇ ਆ ਕੇ ਪਤਾ ਚੱਲਦਾ ਵੀ ਤੁਸੀਂ ਇੱਕ ਨਵਾਂ ਪੰਨਾ ਖੋਲਿਆ ਜਿਹਦੇ ਵਿੱਚ ਡਿਜ਼ਾਸਟਰ ਦਾ ਪੂਰਾ, ਜਿਹਦੇ ਵਿੱਚ ਜਿਹੜੇ ਏਰੀਏ ਡੈਮੇਜ ਨੇ ਉਹ ਪੂਰੇ ਕ੍ਰਿਟੀਕਲੀ ਡੈਮੇਜ ਨੇ, ਜਿਹੜੇ ਨਹੀਂ ਹੈਗੇ ਉਹ ਜਮ੍ਹਾਂ ਹੀ ਨਹੀਂ ਹੈਗੇ। ਤਾਂ ਕਰਕੇ ਜਿਹਨਾਂ ਦੇ ਨਹੀਂ ਹੈਗੇ ਆਪਾਂ ਉਹ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ, ਉਹ ਚੀਜ਼ ਕਰਕੇ ਮੈਨੂੰ ਲੱਗਦਾ ਥੋੜ੍ਹੀ ਅਵੇਅਰਨੈਸ ਦੀ ਘਾਟ ਲਾ ਲਓ ਜਾਂ ਉਹ ਚੀਜ਼ਾਂ ਦੀ ਘਾਟ ਲਾ ਲਓ ਜਾਂ ਜੋ ਹੈਲਪ ਆਪਾਂ ਨੂੰ ਕਰਨੀ ਚਾਹੀਦੀ ਹੈ ਜਿੱਥੇ ਨਹੀਂ ਹੈਗਾ ਕੋਈ ਵੀ ਪ੍ਰਭਾਵ ਇਹ ਚੀਜ਼ ਦਾ, ਜੋ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ, ਸ਼ਾਇਦ ਉਹਨਾਂ ਤੋਂ ਕੋਈ ਗੱਲ ਕਨਵੇ ਨਹੀਂ ਹੋ ਰਹੀ। ਅਤੇ ਇੱਥੇ ਆ ਕੇ ਪਤਾ ਚੱਲਦਾ ਇਹ ਵੱਲੋਂ ਇਹੀ ਅਪੀਲ ਆ ਸਾਰਿਆਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨੇ ਯੋਗੇ ਵੀ ਹੈਗੇ ਆ, ਜਿਹੜਾ ਵੀ ਕੋਈ ਹੈਗਾ, ਚਾਹੇ ਕੋਈ ਗਰਾਊਂਡ ਲੈਵਲ 'ਤੇ ਆਪਣੇ ਰਹਿ ਰਹੇ ਆ, ਆਪਣੀ ਛੱਤ 'ਤੇ ਰਹਿ ਰਹੇ ਆ, ਸਾਰੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਤੁਲਨ ਉਹ ਵਿਗੜਿਆ ਹੋਇਆ, ਸਾਰਿਆਂ ਨੂੰ ਅਪੀਲ ਇਹੀ ਆ। ਮਤਲਬ ਲੌਂਗ ਸਟੋਰੀ ਸ਼ੋਰਟ ਵੀ ਆਪਾਂ ਸਾਰੇ ਜਾਣੇ ਆਪਣੇ ਭੈਣ ਭਾਈਆਂ ਦੀ ਹੈਲਪ ਕਰੀਏ, ਕਿਸੇ ਵੀ ਵੇ ਨਾ ਕਰੀਏ, ਚਾਹੇ ਉਹ ਗਰਾਊਂਡ ਲੈਵਲ 'ਤੇ ਆ ਕੇ ਕਰੀਏ। ਮੈਂ ਸਾਰਿਆਂ ਨੂੰ ਅਪੀਲ ਕਰਦਾ, ਚਾਹੇ ਕੋਈ ਸਾਡੇ ਕਿੱਤੇ ਨਾਲ ਰਿਲੇਟਡ ਆ, ਚਾਹੇ ਕੋਈ ਇੰਡਸਟਰੀਅਲਿਸਟ ਆ, ਚਾਹੇ ਕੋਈ ਖੇਤੀਬਾੜੀ ਵਾਲਾ, ਚਾਹੇ ਕੋਈ NRI ਆ, ਐਂਡ ਆਫ ਦਾ ਡੇ ਸਾਰੇ ਪੰਜਾਬੀ ਆ, ਇਸੇ ਪੰਜਾਬ 'ਚੋਂ ਗਏ ਹਾਂ, ਇਸੇ ਪੰਜਾਬ 'ਚ ਰਹਿੰਦੇ ਹਾਂ, ਇਸੇ ਪੰਜਾਬ ਦੇ ਵਿੱਚੋਂ ਹੀ ਉੱਗੇ ਹੋਏ ਕਣਕ ਖਾਂਦੇ ਹਾਂ, ਸਾਰਿਆਂ ਨੇ ਰਲ ਮਿਲ ਕੇ ਕਰੀਏ। NRIs ਜਿਹੜੇ ਇਹ ਏਰੀਏ ਦੇ ਵਿੱਚ ਹੈਗੇ ਆ, ਉਹ ਆਪਣੇ ਪਿੰਡਾਂ ਦਾ ਖਾਸ ਤੌਰ 'ਤੇ ਖਿਆਲ ਰੱਖਣ, ਹਮੇਸ਼ਾ ਤੁਸੀਂ ਰੱਖਦੇ ਹੋ, ਹੁਣ ਵੀ ਰੱਖੀਏ, ਸਾਰੇ ਜਣੇ ਆਪਣੇ ਵੱਲੋਂ ਜੋ ਤਿਲ ਫੁੱਲ ਹੈਗਾ ਕਰੀਏ। ਖਾਲਸਾ ਏਡ ਹਮੇਸ਼ਾ ਤੋਂ ਕਿਤੇ ਵੀ ਕੋਈ ਕੰਮ ਆਉਂਦਾ ਸਭ ਤੋਂ ਪਹਿਲਾਂ ਪਹੁੰਚਦੇ ਆ, ਹੋਰ ਵੀ ਜਿੰਨੇ ਸਾਰੀਆਂ NGOs ਕਰ ਰਹੀਆਂ, ਇੰਡੀਵਿਜੁਅਲਸ ਕਰ ਰਹੇ ਆ, ਪਿੰਡਾਂ ਵਾਲੇ ਕਰ ਰਹੇ ਆ, ਚਾਹੇ ਕੋਈ ਵੀ ਸਰਕਾਰੀ ਕਰ ਰਿਹਾ ਚਾਹੇ ਗੈਰ ਸਰਕਾਰੀ ਕਰ ਰਿਹਾ, ਸਾਰਿਆਂ ਨੂੰ ਮੈਂ ਸਲਿਊਟ ਵੀ ਕਰਦਾ ਅਤੇ ਸਾਰਿਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਦਾ ਮੈਂ ਆਪਣੇ ਵੱਲੋਂ ਕੰਮ ਮਿਲਦਾ। ਸੋ ਦੋਸਤੋ, ਇਹ ਸਨ ਤਰਸੇਮ ਜੱਸੜ ਜੋ ਕਿ ਆਪਣੀ ਟੀਮ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਮਦਦ ਦੇ ਲਈ ਪਹੁੰਚੇ ਅਤੇ ਨਾਲ ਹੀ ਉਹਨਾਂ ਨੇ ਖਾਲਸਾ ਏਡ ਦੇ ਨਾਲ ਵੱਧ ਚੜ੍ਹ ਕੇ ਮਦਦ ਕੀਤੀ ਜਿਵੇਂ ਕਿ ਉਹ ਹਮੇਸ਼ਾ ਕਰਦੇ ਆਏ ਹਨ। ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਅਪਡੇਟ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦੇਖਦੇ ਰਹੋ ਲਿਮਿਟਡ ਗਿਆਨ। ਥੈਂਕ ਯੂ, ਧੰਨਵਾਦ, ਟੇਕ ਕੇਅਰ।